ਨਾਮ ਤੁਹਾਡਾ? ਮਨਪ੍ਰੀਤ ਕੌਰ ਜੀ। ਕਿਹੜਾ ਪਿੰਡ ਹੈ? ਬਨਬੋਰਾ। ਤੁਸੀਂ ਪਹਿਲੀ ਵਾਰੀ ਵੋਟ ਪਾਈ ਹੈ, ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਵੋਟ ਪਾ ਕੇ ਜੀ? ਸਾਨੂੰ ਜੀ ਬਹੁਤ ਖੁਸ਼ੀ ਹੋ ਰਹੀ ਹੈ ਵੋਟ ਪਾ ਕੇ। ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਹਾਡੇ ਜਿਹੜੇ ਨੌਜਵਾਨ ਨੇ, ਕੁੜੀਆਂ ਹਜੇ ਤੱਕ ਨਹੀਂ ਵੋਟ ਪਾਉਣ ਆਈਆਂ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਅਸੀਂ ਜੀ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਵੀ ਨੌਜਵਾਨ ਭਰਾ ਸਾਰੇ ਵੀ ਘਰ ਬੈਠੇ ਨੇ, ਉਹਨਾਂ ਨੂੰ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਆ, ਅਤੇ ਆਪਣੀ ਵੋਟ ਜ਼ਰੂਰ ਪਾਉਣ। ਬੇਟਾ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਲਵਪ੍ਰੀਤ ਸਿੰਘ ਸਰ। ਪਿੰਡ ਬਣਮੌਰਾ ਜੀ। ਤੁਸੀਂ ਪਹਿਲੀ ਵਾਰੀ ਵੋਟ ਪਾਈ ਹੈ, ਕਿਵੇਂ ਲੱਗ ਰਿਹਾ? ਬਹੁਤ ਖੁਸ਼ੀ ਆਈ ਪਹਿਲੀ ਵਾਰ ਵੋਟ ਪਾ ਕੇ। ਮੈਂ ਇਹੀ ਅਪੀਲ ਕਰਦਾ ਨੌਜਵਾਨਾਂ ਨੂੰ ਵੀ ਜਿਹੜੇ ਵੋਟ ਹਾਲੇ ਤੱਕ ਨਹੀਂ ਪਾਈ, ਆ ਕੇ ਜ਼ਰੂਰ ਪਾਓ ਜਿਹੜੇ ਘਰ ਬੈਠੇ ਨੇ। ਤਾਂ ਤੁਸੀਂ ਅੱਜ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਅਮਰਗੜ੍ਹ ਹਲਕੇ ਦੇ ਵਿੱਚ ਬਾਗੜੀਆਂ ਦੇ ਵਿੱਚ ਪਹੁੰਚੇ ਪੋਲਿੰਗ ਬੂਥ ਦੇ ਉੱਤੇ 192 ਦੇ। ਕਿੱਦਾਂ ਦਾ ਮਾਹੌਲ ਹੈ ਮਤਲਬ ਹਲਕੇ ਦੇ ਵਿੱਚ ਇਲੈਕਸ਼ਨ ਦਾ? ਬਹੁਤ ਹੀ ਸ਼ਾਂਤੀਪੂਰਵਕ ਮਾਹੌਲ ਹੈ ਜੀ। ਅਤੇ ਸਾਡੀ ਹਰੇਕ ਪੋਲਿੰਗ ਸਟੇਸ਼ਨ, ਪੋਲਿੰਗ ਬੂਥਾਂ 'ਤੇ ਸਫੀਸ਼ੀਐਂਟ ਫੋਰਸ ਲੱਗੀ ਹੋਈ ਹੈ, ਕਿਸੇ ਤਰ੍ਹਾਂ ਦੀ ਇਸ ਹਲਕੇ ਦੇ ਵਿੱਚ ਸ਼ਿਕਾਇਤ ਨਹੀਂ ਹੈ। SSP ਸਾਹਿਬ ਨੇ ਬਕਾਇਦਾ ਆਪਣੇ ਅਫਸਰਾਂ ਨੂੰ ਏਰੀਆ ਵੰਡ ਕੇ ਦਿੱਤਾ ਹੋਇਆ, SPs ਨੂੰ, DSP, SHO ਸਾਰਿਆਂ ਨੂੰ, ਸਾਰੇ ਹੀ ਆਪੋ ਆਪਣੇ ਇਲਾਕੇ ਦੇ ਵਿੱਚ ਜਿਹੜੇ ਪੈਟਰੋਲਿੰਗ ਕਰ ਰਹੇ ਨੇ, ਔਰ ਬੜੀ ਪੀਸਫੁੱਲੀ ਮਾਹੌਲ ਦੇ ਵਿੱਚ ਜਿਹੜੀਆਂ ਵੋਟਾਂ ਪੋਲ ਹੋ ਰਹੀਆਂ ਨੇ। ਸਰ, ਵੋਟਾਂ ਦੀ ਜਿਹੜੀ ਘੱਟ ਪੋਲਿੰਗ ਹੈ, ਇਹ ਕਿੱਦਾਂ ਦੇਖ ਰਹੇ ਹੋ? ਕਾਫੀ ਲੋਕ ਮਤਲਬ ਹਜੇ ਵੀ ਜਿਹੜੇ ਗਰਮੀ ਦਾ ਬਹੁਤ ਅਸਰ ਹੈ ਇਸ ਚੀਜ਼। ਦੇਖੋ ਜੇ 11 ਵਜੇ ਆ, 11 'ਚ 30-32% ਜਿਹੜੀ ਇੱਥੇ ਪੋਲਿੰਗ ਹੋਈ ਹੈ, ਠੀਕ ਪੋਲਿੰਗ ਹੋ ਰਹੀ ਹੈ, ਅਤੇ ਸ਼ਾਮ ਦੇ 6 ਵਜੇ ਤੱਕ ਦਾ ਟਾਈਮ ਹੈ, ਅਤੇ ਉਮੀਦ ਹੈ ਕਿ ਅੱਛੀ ਪੋਲਿੰਗ ਜਿਹੜੀ ਹੋਏਗੀ। ਕੀ ਅਪੀਲ ਕਰਦੇ ਹੋ ਜਿਹੜੇ ਵੋਟ ਲੋਕ ਨਹੀਂ ਹਜੇ ਤੱਕ ਪਾਉਣ ਆਏ ਜੀ? ਲੋਕਾਂ ਨੂੰ ਮੇਰੀ ਤਾਂ ਇਹੋ ਅਪੀਲ ਹੈ ਕਿ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ, ਆ ਕੇ ਆਪਣੀਆਂ ਵੋਟਾਂ ਪਾਉਣ, ਅਤੇ ਬੜਾ ਪੀਸਫੁੱਲ ਮਾਹੌਲ ਲੋਕਾਂ ਲਈ ਸਿਰਜਿਆ ਹੋਇਆ ਪੁਲਿਸ ਨੇ, ਕਿਸੇ ਵੀ ਡਰ ਤੋਂ, ਕਿਸੇ ਭੈਭੀਤ ਤੋਂ ਆ ਕੇ ਅੱਗੇ ਲੋਕਾਂ ਨੂੰ ਆਪਣੀ ਵੋਟ ਜਿਹੜੀ ਉਹ ਪਾਉਣੀ ਚਾਹੀਦੀ ਹੈ। ਅਮਰਗੜ੍ਹ ਹਲਕੇ ਦੇ ਵਿੱਚ ਤੁਸੀਂ ਮਤਲਬ ਕਿ ਜਿਹੜੇ ਪੁਲਿਸ ਨਿਗਰਾਨ ਦੇ ਇੰਚਾਰਜ ਟੀਮ ਦੇ, ਕਿੱਦਾਂ ਦਾ ਰੁਝਾਨ ਰੱਖ ਲਿਆ, ਕੀ ਮਾਹੌਲ ਹੈ ਇਸ ਟਾਈਮ ਹੁਣ ਦਾ? ਬਹੁਤ ਵਧੀਆ ਪੋਲਿੰਗ ਚੱਲ ਰਹੀ ਹੈ। 15% ਪੋਲਿੰਗ ਹੋ ਗਈ ਅਮਰਗੜ੍ਹ ਥਾਣੇ ਦੇ ਏਰੀਏ ਦੇ ਵਿੱਚ, 15% ਪੋਲਿੰਗ ਹੋ ਗਈ ਆ, ਬੜੀ ਵਧੀਆ ਚੱਲ ਰਿਹਾ ਹੈਗਾ, ਸਾਰੇ ਵਧੀਆ। ਕੋਈ ਕਿਸੇ ਅਣਸੁਖਾਵੀ ਘਟਨਾ ਦਾ ਕੋਈ ਹਜੇ ਤੱਕ ਕੋਈ ਇਹੋ ਜਿਹੀ ਗੱਲ ਨਹੀਂ, ਸਾਰੇ ਵੋਟਰ ਬੜੇ ਸਿਆਣੇ ਆ, ਵਧੀਆ ਢੰਗ ਨਾਲ ਕੋਪਰੇਟ ਕਰਕੇ ਚੱਲਦੇ, ਸਾਰੇ ਵਧੀਆ ਲੈਂਦੇ, ਲਾ ਕੇ ਵੋਟਾਂ ਪਾ ਰਹੇ। ਕਿੱਦਾਂ ਦਾ ਰੁਝਾਨ ਮਿਲ ਰਿਹਾ ਲੋਕਾਂ ਦਾ ਜੀ ਵੋਟਾਂ ਦੇ ਵਿੱਚ? ਠੀਕ ਹੈ ਜੀ, ਅੱਛਾ ਚੱਲ ਰਿਹਾ।